ਦੇਖੋ ਕਾਂਗਰਸ ਨੇ ਪਹਿਲਾਂ ਤਾਂ ਕੋਈ ਕੰਮ ਕੀਤਾ ਨਹੀਂ, ਗਾਂਹ ਇਹਨਾਂ ਵਿਚਾਰਿਆਂ ਕੀ ਕਰਨਾ, ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ, ਇਹ ਹੋ ਗਏ ਬਜ਼ੁਰਗ, ਫਿਰ ਮਨ ਆਰਾਮ ਕਰਨ। ਬਜ਼ੁਰਗ ਟਿੰਪਾ ਸਾਹਿਬ ਬਜ਼ੁਰਗ ਹੀ ਨੇ ਤੇ ਅਕਾਲੀ ਵੀ ਵਿਚਾਰੇ ਬਜ਼ੁਰਗ ਹੋਏ ਪਏ ਆ, ਇਹ ਆਰਾਮ ਕਰਨ, ਨੌਜਵਾਨਾਂ ਨੂੰ ਮੌਕਾ ਦੇਣ ਸੇਵਾ ਕਰਨ ਦਾ। ਪਿਛਲੇ 5 ਸਾਲ ਤੇ ਨਾ ਵੜੇ ਟਿੰਪਾ ਜੀ, ਉਦੋਂ ਪਿਛਲੇ 5 ਸਾਲ ਬ੍ਰਹਮਪੁਰਾ ਸਾਹਿਬ ਨਹੀਂ ਵੜੇ, ਉਦੋਂ ਪਹਿਲਾਂ ਰਤਨ ਸਿੰਘ ਨਾਲਾ ਰਿਹਾ 10 ਸਾਲ, ਉਹ ਵੀ ਨਹੀਂ ਲੱਭੇ। ਪਿਛਲੀ ਤੇ ਆਪਾਂ ਚਲੋ ਛੱਡ ਕੇ ਗੱਲ ਆ, ਜਿਹੜੇ ਪਿਛਲੇ 20 ਸਾਲ ਰਹੇ ਆ, ਨਾ ਅਕਾਲੀ ਦਲ ਦਾ ਕੋਈ ਲੀਡਰ ਲੱਭਾ ਤੇ ਨਾ ਕੋਈ ਕਾਂਗਰਸ ਦਾ ਲੱਭਾ। ਅਕਾਲੀ ਦਲ ਕਾਂਗਰਸ ਦੇ ਜਿੰਨੇ ਵੀ ਲੀਡਰ ਨੇ ਸਾਰਿਆਂ ਨੂੰ ਪਤਾ ਵੀ ਹਰਕਾ ਜਿਹੜੀ ਲੋਕ ਸਭਾ ਖਡੂਰ ਸਾਹਿਬ ਹੈ ਨਾ, ਉੱਥੋਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਫਤਵਾ ਦੇਣਾ, ਭੱਜਣ ਦੇ ਆ ਉਮੀਦਵਾਰ, ਤੁਹਾਨੂੰ ਵੀ ਪਤਾ, ਲੋਕਾਂ ਨੂੰ ਪਤਾ ਲੱਗਦਾ ਰਹਿੰਦਾ ਕੀ ਪਾਰਟੀਆਂ 'ਚ ਗੱਲਾਂ ਚੱਲਦੀਆਂ। ਜਿਹੜਾ ਮਰਜ਼ੀ ਆ ਜੇ ਐਰਕਾ ਲੋਕ ਜਿਹੜੇ ਆ ਨਾ ਫੁੱਲਾਂ ਦੇ ਹਾਰ ਆਮ ਆਦਮੀ ਪਾਰਟੀ ਨੂੰ ਪਾ ਕੇ ਭੇਜਣਗੇ। ਪਰਮਾਤਮਾ ਕਿਰਪਾ ਕਰੇ, ਜਿਹੜੇ 2 ਸਾਲ ਕੰਮ ਕੀਤੇ ਸਰਦਾਰ ਭਗਵੰਤ ਸਿੰਘ ਮਾਨ ਨੇ, ਉਹਨੂੰ ਫਤਵਾ ਦੇਣਗੇ। 0 ਬਿੱਲ ਆਉਂਦਾ ਬਿਜਲੀ ਦਾ, ਮਹੱਲਾ ਕਲੀਨਿਕ ਖੋਲ੍ਹ ਕੇ ਜਿਹਦੇ ਦਵਾਈਆਂ ਇਲਾਜ ਟੈਸਟ ਫਰੀ, ਲੇਡੀ ਜਿਹੜੀ ਆ ਫਰੀ ਬੱਸ ਸੇਵਾ ਮਿਲਦੀ ਉਹਨਾਂ ਨੂੰ ਰੂਟੀਨ ਦੇ ਵਿੱਚ। ਪੁਰਾਣੀਆਂ ਰਵਾਇਤੀ ਪਾਰਟੀਆਂ ਦੇ ਵਿੱਚ ਸਿਰਫ ਸਹੂਲਤਾਂ ਮਿਲਦੀਆਂ ਜਦੋਂ ਇਲੈਕਸ਼ਨ ਈਅਰ ਹੁੰਦਾ, ਜਦੋਂ ਵੋਟਾਂ ਪੈਣੀਆਂ ਉਦੋਂ, ਜੇ 2027 'ਚ ਵੋਟਾਂ ਪੈਣੀਆਂ ਨਾ, 26 'ਚ ਇਹਨਾਂ ਨੇ ਕੋਈ ਨਾ ਕੋਈ ਸਹੂਲਤ ਦੇਣੀ ਵੀ ਲੋਕ ਸ਼ਾਇਦ ਜੁਮਲੇ 'ਚ ਆ ਜਾਣਗੇ। ਲੋਕ ਬੜੇ ਸਿਆਣੇ ਹੋ ਗਏ, ਲੋਕਾਂ ਨੂੰ ਪਤਾ ਜੇ ਕੋਈ ਕਹਿੰਦੀ ਆ ਜੋ ਕਰਦੀ ਆ ਉਹ ਆਮ ਆਦਮੀ ਪਾਰਟੀ ਕਰਦੀ ਆ। ਲੋਕ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਮੋਹਰ ਲਾਉਣਗੇ। ਵੱਡੀ ਲੀਡ ਦਾ ਆਪਦੇ ਪ੍ਰਾਣ ਪੰਥਕ ਸੀਟ ਜਿਹੜੀ ਹੈਗੀ ਖਡੂਰ ਸਾਹਿਬ ਕਹੀ ਜਾਂਦੀ, ਔਰ 3 ਦਹਾਕਿਆਂ ਤੋਂ ਬਾਅਦ ਜਿਹੜਾ ਹੈਗਾ 2019 ਦੇ ਵਿੱਚ ਕਾਂਗਰਸ ਦਾ ਇਸ ਸੀਟ ਦੇ ਉੱਤੇ ਕਬਜ਼ਾ ਹੋਇਆ ਸੀਗਾ। ਆਮ ਆਦਮੀ ਪਾਰਟੀ ਕਿਸ ਤਰ੍ਹਾਂ ਦਾ ਦਾਅਵਾ ਕਰਦੀ ਇਸ ਸੀਟ ਨੂੰ ਲੈ ਕੇ, ਕਿਉਂਕਿ ਮੌਜੂਦਾ ਜੋ ਪਹਿਲਾਂ ਹਾਲਾਤ ਸੀਗੇ, ਕਿਉਂਕਿ ਸਰਕਾਰਾਂ ਸੀਗੀਆਂ ਤਾਂ ਅਕਾਲੀ ਦਲ ਪੰਥਕ ਸੀਟ ਦੇ ਉੱਤੇ ਬਿਲਕੁਲ ਚੱਲਦੀ ਆਈ, ਔਰ ਕਰੀਬ 2 ਤੋਂ 3 ਦਹਾਕਿਆਂ ਬਾਅਦ ਜਿਹੜਾ ਹੈਗਾ ਕਾਂਗਰਸ ਨੂੰ ਉੱਥੇ ਮੌਕਾ ਮਿਲਿਆ। ਹੁਣ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਉੱਥੇ ਬਿਲਕੁਲ ਆਪਣਾ ਕੈਂਡੀਡੇਟ ਉਤਾਰ ਚੁੱਕੀ ਹੈ, ਔਰ ਵੱਡਾ ਜਿਹੜਾ ਹੈਗਾ ਵਾ ਦਾਅਵਾ ਵੀ ਤੁਹਾਡੇ ਵੱਲੋਂ ਕੀਤਾ ਜਾ ਰਿਹਾ। ਪਿਛਲੀ ਵਾਰ ਵੀ ਸੀਗਾ, ਲੇਕਿਨ ਹਲਕੇ ਫੁਲਕੇ ਫਰਕ ਜਿਹੜੇ ਸੀਗੇ ਉਹ ਵੀ ਦੇਖਣ ਨੂੰ ਮਿਲੇ ਉੱਥੇ। ਇਸ ਵਾਰ ਜਿਹੜਾ ਹੈਗਾ ਤੁਸੀਂ ਕਿਵੇਂ ਦੇਖਦੇ ਹੋ, ਕਿਉਂਕਿ ਕਾਂਗਰਸ ਨੇ ਲੰਬੇ ਸਮੇਂ ਬਾਅਦ ਜਿਹੜੀ ਹੈਗੀ ਆ ਇਸ ਸੀਟ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਕਹਿ ਸਕਿਆ ਕਿ ਅਸੀਂ ਲਗਾਤਾਰ ਜਿਹੜਾ ਹੈਗਾ ਅੱਗੇ ਵੀ ਆਪਣੇ ਕੰਮ ਕਰਾਂਗੇ ਤੇ ਕੰਮ ਦੇ ਨਾਲ ਜਿਹੜਾ ਹੈਗਾ ਇਸ ਸੀਟ ਦੇ ਉੱਤੇ ਦੁਬਾਰਾ ਆਵਾਂਗੇ। ਤੁਸੀਂ ਕਿਤੇ ਦੇਖੋ ਕਾਂਗਰਸ ਨੇ ਪਹਿਲਾਂ ਤਾਂ ਕੋਈ ਕੰਮ ਕੀਤਾ ਨਹੀਂ, ਗਾਂਹ ਇਹਨਾਂ ਵਿਚਾਰਿਆਂ ਕੀ ਕਰਨਾ, ਉਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਰਹੀ, ਇਹ ਹੋ ਗਏ ਬਜ਼ੁਰਗ, ਫਿਰ ਮਨ ਆਰਾਮ ਕਰਨ, ਨੌਜਵਾਨਾਂ ਨੂੰ ਕੰਮ ਕਰਨ ਦਾ। ਬਜ਼ੁਰਗ ਟਿੰਪਾ ਸਾਹਿਬ ਬਜ਼ੁਰਗ ਹੀ ਨੇ ਤੇ ਅਕਾਲੀ ਵੀ ਵਿਚਾਰੇ ਬਜ਼ੁਰਗ ਹੋਏ ਪਏ ਆ, ਇਹ ਆਰਾਮ ਕਰਨ, ਨੌਜਵਾਨਾਂ ਨੂੰ ਮੌਕਾ ਦੇਣ ਸੇਵਾ ਕਰਨ ਦਾ। ਪਿਛਲੇ 5 ਸਾਲ ਤੇ ਨਾ ਵੜੇ ਟਿੰਪਾ ਜੀ, ਉਦੋਂ ਪਿਛਲੇ 5 ਸਾਲ ਬ੍ਰਹਮਪੁਰਾ ਸਾਹਿਬ ਨਹੀਂ ਵੜੇ, ਉਦੋਂ ਪਹਿਲਾਂ ਰਤਨ ਸਿੰਘ ਨਾਲਾ ਰਿਹਾ 10 ਸਾਲ, ਉਹ ਵੀ ਨਹੀਂ ਲੱਭੇ। ਪਿਛਲੀ ਤੇ ਆਪਾਂ ਚਲੋ ਛੱਡ ਕੇ ਗੱਲ ਆ, ਜਿਹੜੇ ਪਿਛਲੇ 20 ਸਾਲ ਰਹੇ ਆ, ਨਾ ਅਕਾਲੀ ਦਲ ਦਾ ਕੋਈ ਲੀਡਰ ਲੱਭਾ ਤੇ ਨਾ ਕੋਈ ਕਾਂਗਰਸ ਦਾ ਲੱਭਾ। ਪਰਮਾਤਮਾ ਕਿਰਪਾ ਕਰੇ, ਪਿਛਲੇ 2 ਸਾਲ ਵੇਖੋ, ਲਾਲਜੀਤ ਭੁੱਲਰ ਨੂੰ ਇਹ ਨਹੀਂ ਪਤਾ ਵੀ ਮੈਨੂੰ MP ਦੀ ਚੋਣ ਲੜਾਉਣੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ, ਇਹ ਤੇ ਵੇਖੋ ਪਰਮਾਤਮਾ ਕਿਰਪਾ ਕੀਤੀ। ਸਰਦਾਰ ਭਗਵੰਤ ਸਿੰਘ ਮਾਨ, ਅਰਵਿੰਦ ਕੇਜਰੀਵਾਲ ਜੀ ਨੇ ਮੇਰੇ ਤੇ ਵਿਸ਼ਵਾਸ ਕੀਤਾ, ਮੈਨੂੰ ਇੱਥੇ ਉਮੀਦਵਾਰ ਬਣਾਇਆ। ਮੈਂ ਪਿਛਲੇ 2 ਸਾਲ ਮਿਨਿਸਟਰ ਬਣ ਕੇ ਲੋਕਾਂ ਦੇ ਵਿੱਚ ਦਿਨ ਰਾਤ ਰਿਹਾ, ਜੇ ਮੈਂ ਪੱਟੀ ਆਇਆ ਸ਼ੁੱਕਰ ਸ਼ਨੀ ਆ ਤਾਂ ਪੱਕਾ ਮੇਰਾ ਪੱਟੀ ਹਫ਼ਤੇ ਦੇ ਵਿੱਚ ਪੱਕਾ 3 ਦਿਨ ਰਹਿਣਾ। ਰਾਤ ਦੇ 2-2 ਵਜੇ ਤੱਕ ਵੀ ਮੈਂ ਲੋਕਾਂ ਦੇ ਕੰਮ ਕਰਦਾ ਰਿਹਾ, ਭੈਣਾਂ ਭਰਾਵਾਂ ਦੇ ਵਿੱਚ ਵਿਚਰਦੇ ਰਹੇ। ਤੜਕੇ 6 ਵਜੇ ਫਿਰ ਸਾਡੇ ਘਰੇ ਲੋਕਾਂ ਨੇ ਆ ਜਾਣਾ, ਮੇਰੀ ਨੀਂਦ ਵੀ ਪੂਰੀ ਨਹੀਂ ਹੁੰਦੀ ਰਹੀ, ਮੈਨੂੰ ਚਾਹ ਹੀ ਬੜਾਈ ਵੀ ਪਰਮਾਤਮਾ ਨੇ ਕਿਰਪਾ ਬੜੀ ਤਗੜੀ ਕੀਤੀ, ਬਾਬੇ ਨਾਨਕ ਨੇ ਬੜਾ ਵੱਡਾ ਤਖਤ ਤਾਜ ਦਿੱਤਾ। ਚਾਹ ਦੇ ਵਿੱਚ ਹੀ ਮੈਨੂੰ ਲੱਗਦਾ ਮੈਂ 4 ਕੁ ਘੰਟੇ ਸੌਂਦਾ ਰਿਹਾ, ਦਿਨੇ ਕਈ ਰਾਖਾਂ 'ਚ ਨੀਂਦ ਆਈ ਹੋਣੀ ਵੀ ਇੰਨੀ ਬੁਰੀ ਹਾਲਤ ਹੁੰਦੀ ਸੀ, ਫਿਰ ਵੀ ਚਾਹ ਨਾਲ ਰਾਤ ਰਾਤ ਸਾਰੀ ਸਾਰੀ ਰਾਤ ਲੋਕਾਂ ਦੇ ਕੰਮ ਕਰਦੇ ਰਹਿਣਾ ਤੇ ਗਾਂ ਵੀ ਚਾਹ ਨਾਲ ਕੰਮ ਕਰਾਂਗੇ। ਆਪਾਂ ਸੋਚਿਆ ਵੀ ਆਪਾਂ ਮੈਂਬਰ ਪਾਰਲੀਮੈਂਟ ਬਣ ਜਾਾਂਗੇ। ਕਾਂਗਰਸ ਨੇਤਾ ਨੂੰ ਤਾਂ ਬਜ਼ੁਰਗ ਕਹਿ ਰਹੇ ਹੋ, ਅਕਾਲੀ ਦਲ ਜਿਹੜਾ ਹੈਗਾ ਉਹ ਕਹਿੰਦਾ ਯੂਥ ਨੇਤਾ ਵਿਕਰਮ ਜੀਠੇ ਜਿਹੜਾ ਹੈਗਾ ਉਹ ਸੀਟ ਤੋਂ ਆ ਸਕਦੇ। ਦੇਖੋ ਇਹਨਾਂ ਬਥੇਰਾ ਯੂਥ ਦੇ ਨਾਂ ਤੇ, ਯੂਥ ਦੇ ਨਾਂ ਤੇ ਪੰਥ ਦੇ ਨਾਂ ਤੇ ਬਥੇਰਾ ਲੁੱਟ ਲਿਆ ਲੋਕਾਂ ਨੂੰ, ਐਰਕਾ ਨਹੀਂ ਲੋਕਾਂ ਇਹਨਾਂ ਦੀਆਂ ਗੱਲਾਂ 'ਚ ਆਉਣਾ, ਐਰਕਾ ਨਹੀਂ ਲੋਕਾਂ ਇਹਨਾਂ ਦੇ ਜੁਮਲਿਆਂ 'ਚ ਆਉਣਾ। ਚਲੋ
ਵਿਕਰਮ ਸਿੰਘ ਮਜੀਠੀਆ ਜੀ ਨਾ ਉਤਰਾ ਚੁਟਕਲੇ ਚੰਗੇ ਸੁਣਾ ਲੈਂਦੇ ਆ, ਇਹ ਕਮੇਟੀ ਕਮੂਟੀ ਕਰਨ ਗਾਹ ਜਾ ਕੇ, ਹੁਣ ਕਮੇਟੀ ਕਰਨ ਉਹ ਚ ਇਹਨਾਂ ਦਾ ਕੰਮ ਚੱਲ ਜਾਣਾ, ਹੁਣ ਸਿਆਸਤ ਚ ਨੀ ਇਹਨਾਂ ਦਾ ਦਾਅ ਲੱਗਣਾ, ਨਿਬੜ ਗਈ ਕਹਾਣੀ ਇਹਨਾਂ ਦੀ। ਨਾਲੇ ਚੱਕਰ ਇਹ ਹੁੰਦਾ ਪ੍ਰਧਾਨ ਜੀ, ਸਿਆਸਤ ਦੇ ਵਿੱਚ ਇੱਕ ਬੰਦੇ ਦੀ ਹੁੰਦੀ ਆ ਗੇਮ ਜਿਹੜੀ ਖੇਡਦੇ ਆ ਨਾ, 20 ਸਾਲ ਹੁੰਦੀ ਗੇਮ, 15-20 ਸਾਲ ਉਹ ਖੇਡ ਗਏ ਆ, ਇਹਨਾਂ ਦੀ ਪਾਰੀ ਪੂਰੀ ਹੋ ਗਈ ਆ, ਹੁਣ ਸਾਨੂੰ ਦੇਣ 15-20 ਸਾਲ, ਅਸੀਂ ਚੰਗੀ ਪਾਰੀ ਖੇਡ ਕੇ ਤੇ ਲੋਕਾਂ ਦੇ ਕੰਮ ਕਰੀਏ, ਇਹਨਾਂ ਨੂੰ ਲੋਕਾਂ ਘਰਾਂ ਨੂੰ ਭੁਲਾ ਦੇਣਾ, ਇਹਨਾਂ ਦੀ ਨਿਬੜ ਗਈ ਕਹਾਣੀ। ਲਗਾਤਾਰ ਭਾਜਪਾ ਦੇ ਵਿੱਚ ਕਾਂਗਰਸ ਜਾਂ ਫਿਰ ਕਹਿ ਸਕਦੇ ਹਾਂ ਕਿ ਵੱਖ ਵੱਖ ਸਿਆਸੀ ਆਗੂ ਜਿਹੜੇ ਹੈਗੇ ਆ ਸ਼ਾਮਿਲ ਹੁੰਦੇ ਹੋਏ ਨਜ਼ਰ ਆ ਰਹੇ, ਭਾਜਪਾ ਵੀ ਇਸ ਸੀਟ ਨੂੰ ਲੈ ਕੇ ਹਲੇ ਫਿਲਹਾਲ, ਕਿਉਂਕਿ ਜਿਹੜੀਆਂ ਲਿਸਟਾਂ ਸੀਗੀਆਂ ਉਹਨਾਂ ਦੀਆਂ ਆ ਗਈਆਂ, ਲੇਕਿਨ ਭਾਜਪਾ ਵੱਲੋਂ ਹੁਣ ਤੱਕ ਖਡੂਰ ਸਾਹਿਬ ਸੀਟ ਦੇ ਉੱਤੇ ਉਮੀਦਵਾਰ ਨਹੀਂ ਉਤਾਰਿਆ ਗਿਆ, ਕੀ ਲੱਗਦਾ ਵਾ? ਕਿਉਂਕਿ ਹੁਣ ਤੁਸੀਂ ਜਿੱਦਾਂ ਮੰਥਨ ਜਿਹੜਾ ਤੁਸੀਂ ਵੀ ਕੀਤਾ ਹੋਊਗਾ ਜਾਂ ਕੋਈ ਸਰਵੇ ਤੁਹਾਡੇ ਕੋਲ ਵੀ ਆਉਂਦੇ ਹੋਣਗੇ, ਤਾਂ ਉਹਦੇ ਵਿੱਚ ਕੁਛ ਆਇਆ ਹੁਣ ਤੱਕ ਕਿ ਕਿਹੜੇ ਉਮੀਦਵਾਰ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਸਕਦੇ, ਡਟ ਸਕਦੇ? ਭਾਜਪਾ ਕੋ ਮੈਂ ਤਾਂ ਨਹੀਂ ਉਮੀਦ ਵੀ ਅਜੇ ਤੱਕ ਕੋਈ ਉਮੀਦਵਾਰ ਹੋਵੇ, ਬਾਕੀ ਰਹੀ ਗੱਲ ਭਾਜਪਾ ਦੀ ਜਿਹੜੇ ਲੋਕ ਜਾਣਦੇ ਭਾਜਪਾ 'ਚ, ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਭਰਾਓ ਪਹਿਲਾਂ ਆਪਾਂ ਨੇ ਜਿਹੜੇ ਹੱਕ ਨੇ ਨਾ, ਹਕੂਕ ਨੇ, ਉਹ ਹੱਲ ਕਰਾਓ ਮੋਦੀ ਤੋਂ। ਜਿਹੜੇ ਆਪਣੇ ਫੰਡ ਰੋਕੇ ਆ ਹੈਲਥ ਮਿਸ਼ਨ ਦੇ 1 ਕਰੋੜ ਰੁਪਇਆ ਰੋਕਿਆ, RDF ਰੂਰਲ ਡਿਵੈਲਪਮੈਂਟ ਫੰਡ 8000 ਕਰੋੜ ਤੋਂ ਵੱਧ ਰੋਕਿਆ, ਫਿਰ ਸਾਡੀ ਮਾਰਕੀਟ ਫੀਸ ਜਿਹੜੀ ਫਸਲ ਵੇਚਦੀ ਸਾਡੇ ਕਿਸਾਨ ਵੀਰਾਂ ਦੀ, ਉਹਦੇ ਤੇ 3% ਫੀਸ ਸੀ ਖਰੀਦਦਾਰ ਤੋਂ ਲਈ ਦੀ, ਸੈਂਟਰ ਸਰਕਾਰ ਸਾਡੀ ਮੰਡੀ ਬੋਰਡ ਨੂੰ ਦਿੰਦੀ ਸੀ, ਉਹ ਘਟਾ ਕੇ 2% ਕਰਤੀ ਆ, ਹੋਰ ਕਈ ਸਾਡੀਆਂ ਨਰੇਗਾ ਦੀਆਂ ਸਕੀਮਾਂ ਬੰਦ ਕਰਤੀਆਂ। ਚੰਡੀਗੜ੍ਹ ਦੇ ਵਿੱਚ 60-40 ਦੀ ਰੇਸ਼ੋ ਨਾਲ ਭਰਤੀ ਹੁੰਦੀ ਸੀ, ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਭਰਤੀ ਹੁੰਦੇ ਸੀ, ਉਹ ਬੰਦ ਕਰਤੇ ਆ, ਹੋਰ ਕਈ ਸਾਡੇ ਨਾਲ ਵਧੀਕੀਆਂ ਕੀਤੀਆਂ। ਜਿਹੜੇ ਬੰਦੇ BJP 'ਚ ਜਾਂਦੇ ਆ ਨਾ, ਮੈਂ ਉਹਨਾਂ ਨੂੰ ਬੇਨਤੀ ਕਰਦਾ BJP 'ਚ ਮੁੜ ਕੇ ਜਾਓ, ਪਹਿਲਾਂ ਆਪਣੇ ਹੱਕ ਹਕੂਕ ਤੇ ਦੱਸੋ ਉਹਨਾਂ ਨੂੰ ਵੀ ਸਾਡੇ ਨਾਲ ਜਿਹੜਾ ਪੰਜਾਬ ਨਾਲ ਧੱਕਾ ਕਰੀ ਜਾਂਦੇ, ਸਾਡੇ ਪੈਸੇ ਦਿਓ, ਸਾਡਾ ਹੱਕ ਬਣਦਾ ਉਹ ਦਿਓ, ਸਾਡੀਆਂ ਮੰਡੀਆਂ ਜਿਹੜੀਆਂ ਉਹ ਟੁੱਟੀਆਂ, ਸ਼ੈੱਡ ਪੈਣ ਵਾਲੇ ਆ ਲੋਕਾਂ ਦੇ ਘਰਾਂ ਨੂੰ, ਜਿਹੜੇ ਰਸਤੇ ਜਾਂਦੇ ਉਹ ਟੁੱਟੇ ਪਏ ਆ, ਇਹ ਸਾਰੇ ਪੈਸੇ ਰੂਰਲ ਡਿਵੈਲਪਮੈਂਟ ਫੰਡ 'ਚੋਂ ਬਣਨੇ ਹੁੰਦੇ ਆ। ਧੱਕਾ ਕਰੀ ਜਾਂਦੀ BJP ਤੇ, ਇਹ ਲੋਕ ਸਿਰਫ ਆਪਦੀਆਂ ਕੁਰਸੀਆਂ ਲਈ BJP 'ਚ ਵੜਦੇ ਜਾਂਦੇ ਆ, ਪਰ ਪੰਜਾਬ ਦੇ ਕਿਸਾਨ ਆਉਂਦੇ ਵੋਟਾਂ, BJP ਦਾ ਜਿਹੜਾ ਜਿਹੜਾ ਉਮੀਦਵਾਰ ਉਹ ਇਹਨਾਂ ਨੂੰ ਵੇਖੋ ਵੱਟੇ ਵੱਟ ਪਾ ਕੇ ਭਜਾਉਂਦੇ ਕਿਵੇਂ ਆ, ਕਿਸਾਨਾਂ ਨਾਲ BJP ਧੱਕਾ ਕਰਨੀ, ਗੋਲੀਆਂ ਮਾਰਨ ਲਈ ਆ, ਇਹ ਮਾਮੇ ਬਣੇ BJP 'ਚ ਤੁਰੇ ਜਾਂਦੇ ਆ, ਇਹਨਾਂ ਨੂੰ ਵੇਖੋ ਨਾਨੀ ਚੇਤੇ ਕਰਾਉਂਦੇ ਲੋਕ। ਸਾਹਿਬ ਲਾਸਟ ਸਵਾਲ ਹੈਗਾ ਕਿ ਕਿਹੜਾ ਜਿਹੜਾ ਹੈਗਾ ਏਜੰਡਾ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਤੁਸੀਂ ਵੋਟ ਮੰਗ ਰਹੇ ਹੋ ਉਹਨਾਂ ਦੇ ਕੋਲੋਂ, ਕੀ ਜਿਹੜਾ ਹੈਗਾ ਮੈਨੀਫੈਸਟੋ ਤੋਂ ਫਿਲਹਾਲ ਜੋ ਵੀ ਰਹੇਗਾ ਵਿਧਾਨ ਸਭਾ ਦਾ ਸੀਗਾ, ਹੁਣ ਲੋਕ ਸਭਾ ਦੇ ਵਿੱਚ ਲੋਕਾਂ ਦੇ ਕਿਹੜੇ ਕੰਮਾਂ ਨੂੰ ਤੁਸੀਂ ਵਿਸ਼ੇਸ਼ਕਰ ਸੋਚਦੇ ਹੋ, ਜਿੱਦਾਂ ਹੁਣ ਹਲਕਾ ਬਾਬਕਲਾ ਸਾਹਿਬ 'ਚ ਖੜੇ ਜਾਂ ਫਿਰ ਪੂਰਨ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਕਿਹੜੇ ਕੰਮ ਤੁਹਾਨੂੰ ਲੱਗਦੇ ਆ ਕਿ ਮੁੱਖ ਹੈਗੇ? ਸਾਡੀ ਸਭ ਤੋਂ ਮੇਨ ਤੇ ਗੱਲ ਹੈ ਸਾਡੀ ਜਿਹੜੀ ਖਡੂਰ ਸਾਹਿਬ ਲੋਕ ਸਭਾ ਬਾਰਡਰ ਬੈਲਟ ਆ, ਮੇਰਾ ਹਲਕਾ ਪੱਟੀ ਵੀ ਲੱਗਦਾ ਬਾਰਡਰ ਦੇ ਨਾਲ, ਪਰ ਖੇਮ ਕਰਨਾ ਬੜਾ ਬਾਰਡਰ ਲੱਗਦਾ ਜੀ, ਤਾਰੋਂ ਪਾਰ ਬੜੀ ਜ਼ਮੀਨ ਹੈ, ਉਹਦਾ ਮਿਲਦਾ ਮੁਆਵਜ਼ਾ ਸਿਰਫ 10,000 ਰੁਪਇਆ ਪ੍ਰਤੀ ਏਕੜ ਦਾ ਕਿਸਾਨ ਨੂੰ, ਉਹ ਵੀ ਘੱਟ ਤੋਂ ਘੱਟ 50,000 ਕਰਾਵਾਂਗੇ। ਸਾਡਾ ਜਿਹੜਾ ਇਹ ਏਰੀਆ ਵਾ, ਦਰਿਆ ਦਾ ਏਰੀਆ ਬਹੁਤ ਜ਼ਿਆਦਾ ਪੈਂਦਾ, ਤੇ ਜਦੋਂ ਕੁਦਰਤੀ ਕਹਿਰ ਪੈਂਦਾ ਵਾ, ਹੜ ਆਉਂਦੇ ਆ, 1,000 ਏਕੜ ਜਿਹੜੀ ਜ਼ਮੀਨ ਆ ਉਹਦੇ 'ਚ ਪਾਣੀ ਹੜ ਆ ਜਾਂਦਾ, ਫਸਲਾਂ ਬਰਬਾਦ ਹੋ ਜਾਂਦੀਆਂ, ਕਿਸਾਨਾਂ ਦਾ ਬੜਾ ਨੁਕਸਾਨ ਹੁੰਦਾ, ਤੇ ਸੈਂਟਰ ਨੂੰ 6,800 ਰੁਪਇਆ ਪ੍ਰਤੀ ਏਕੜ ਮੁਆਵਜ਼ਾ ਆਉਂਦਾ ਸਿਰਫ, ਉਹ ਕਿਸਾਨਾਂ ਨੂੰ ਮਿਲਦਾ ਨਹੀਂ। ਨਹੀਂ ਚਲੋ ਮਿਲਦਾ ਵੀ ਉਹਦੇ 6,800 ਨਾਲ ਕੀ ਬਣਦਾ, 10-15,000 ਰੁਪਇਆ ਇੱਕ ਫਸਲ ਨੂੰ ਬੀਜਣ ਤੇ ਲੱਗ ਜਾਂਦਾ, ਝੋਨਾ ਬੀਜੀਏ 10-15,000 ਰੁਪਇਆ ਲੱਗ ਜਾਂਦਾ, 6,800 ਰੁਪਇਆ ਦਿੰਦੇ ਆ, ਉਹ ਵੀ ਪਹਿਲਾਂ ਤੇ ਕੁਦਰਤ ਦੇ ਪ੍ਰਮਾਤਮਾ ਜਿਹੜਾ ਵਾ ਉਹ ਮਿਹਰਬਾਨੀ ਰਵੇ ਲੋਕਾਂ ਤੇ, ਹੜ ਨਾ ਹੀ ਆਉਣ, ਮੀਂਹ ਹਿਸਾਬ ਦਾ ਪਵੇ, ਤੇ ਜੇ ਕਿਤੇ ਹੜ ਆਉਂਦੇ ਆ 50,000 ਰੁਪਇਆ ਮੁਆਵਜ਼ਾ ਕਿਸਾਨਾਂ ਆਪਦੇ ਭਰਾਵਾਂ ਲਈ ਜਿਹੜੇ ਹੜ ਪੀੜ ਤੇ ਜਾਂ ਤਾਰੋਂ ਪਾਰ ਲਏ ਉਹਨਾਂ ਲਈ ਲੈ ਕੇ ਆਵਾਂਗੇ, ਕਿਉਂਕਿ ਇਹ ਕੇਂਦਰ ਦੇ ਕੰਮ ਨੇ, ਕੇਂਦਰ ਮਾਈ ਬਾਪ ਆ, ਬੜੇ ਵਸੀਲੇ ਆ, ਕੇਂਦਰ ਸਾਰਾ ਕੁਝ ਕਰ ਸਕਦਾ, ਉਹ ਲੈ ਕੇ ਆਵਾਂਗੇ ਨਾਲ, ਸਾਡੇ ਜਿਹੜੇ ਮਜ਼ਦੂਰ ਵੀਰ ਆ ਜਿਨ੍ਹਾਂ ਨੇ ਇਹਨਾਂ ਖੇਤਾਂ ਦੇ ਵਿੱਚ ਮਜ਼ਦੂਰੀ ਕਰਕੇ ਆਪਦਾ ਪਰਿਵਾਰ ਪਾਲਣਾ ਹੈ, ਆਪਦਾ ਚੁੱਲ੍ਹਾ ਚਲਾਉਣਾ ਹੈ, ਆਪਦਾ ਘਰ ਚਲਾਉਣਾ ਹੈ, ਉਹਨਾਂ ਦੀ ਮਜ਼ਦੂਰੀ ਦਾ ਕੰਮ ਗਿਆ, ਫਸਲ ਗਈ ਤੇ ਨਾਲ ਹੀ ਮਜ਼ਦੂਰੀ ਖਤਮ ਹੋ ਗਈ, ਉਹਨਾਂ ਵਾਸਤੇ ਵੀ ਕੋਈ ਪੈਕੇਜ ਲੈ ਕੇ ਆਵਾਂਗੇ ਆਪਦੇ ਮਜ਼ਦੂਰ ਵੀਰਾਂ ਲਈ, ਵੀ ਜਿਹੜੀਆਂ ਪੈਲੀਆਂ ਜਿੰਨਾ ਕਿਸਾਨਾਂ ਦਾ ਨੁਕਸਾਨ ਹੈ, ਮਜ਼ਦੂਰਾਂ ਨੂੰ ਵੀ ਹਰ ਮਹੀਨੇ ਕੋਈ 5-7,000 ਰੁਪਇਆ ਹਰ ਪਰਿਵਾਰ ਨੂੰ ਪੈਨਸ਼ਨ ਲੱਗੇ, ਜਿੱਥੇ ਹੜ ਆਉਂਦੇ ਆ ਉਹਨਾਂ ਪਰਿਵਾਰਾਂ ਦੀ ਅਨਾਜ ਆਵੇ,
ਉਹਨਾਂ ਦਾ ਚੁੱਲ੍ਹਾ ਚੱਲਦਾ ਰਹੇ, ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀਆਂ ਫੀਸਾਂ ਸਕੂਲਾਂ ਦੀਆਂ ਦਿੱਤੀਆਂ ਜਾਣ, ਪਰਿਵਾਰ ਆਪਦੇ ਲੀੜੇ ਲੱਤੇ ਸਵਾ ਸਕਣ, ਪਰਿਵਾਰ ਆਪਦੀ ਛੱਤ ਜਿਹੜੀ ਉਹ ਪਾ ਸਕੇ, ਉਹ ਆਪਦੇ ਮਜ਼ਦੂਰ ਪਰਿਵਾਰਾਂ ਲਈ ਵੀ ਹਾਦਾ ਨਾਰਾ ਮਾਰਾਂਗੇ, ਪੈਸੇ ਲੈ ਕੇ ਆਵਾਂਗੇ, ਤੇ ਐਮਪੀ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਜਾ ਕੇ ਮਸਲੇ ਹੱਲ ਕਰਾ ਸਕਦਾ ਤੇ ਕਰਾਵਾਂਗੇ। 75 ਸਾਲ ਪਾ ਲਈਆਂ ਆਪਾਂ ਅਕਾਲੀਆਂ ਕਾਂਗਰਸੀਆਂ ਨੂੰ ਭਰਾਵੋ ਵੋਟਾਂ, ਬੀਜੇਪੀ ਨੂੰ ਵੀ ਪਾ ਲਈਆਂ 10 ਸਾਲ ਲੋਕਾਂ ਨੇ ਵੋਟਾਂ, ਸਰਕਾਰ 10 ਸਾਲ ਬੀਜੇਪੀ ਦੀ ਰਹੀ ਆ, ਇੱਕ ਮੌਕਾ ਸਾਨੂੰ ਦਿਓ ਭਰਾਵੋ, ਤੁਹਾਡਾ ਭਰਾ ਆ, ਤੁਹਾਡੇ ਹੱਕਾਂ ਲਈ ਹਕੂਕਾਂ ਲਈ ਲੜਾਂਗੇ ਤੇ ਹੱਕ ਹਕੂਕ ਲੈ ਕੇ ਵੀ ਆਵਾਂਗੇ। ਏਡੀ ਨਹੀਂ ਗੱਲ, ਜਦੋਂ ਕੋਈ ਰੋਵੇ ਨਾ, ਜਦੋਂ ਆਪਦਾ ਰੋਲਾ ਪਈ ਆਪਦੇ ਹੱਕ ਲਈ ਉਹ ਮਿਲ ਜਾਂਦੇ ਆ। ਬੱਚਾ ਵੀ ਜਿੰਨਾ ਚਿਰ ਨਾ ਰੋਵੇ, ਮਾਂ ਦੁੱਧ ਨਹੀਂ ਦਿੰਦੀ, ਮਾਂ ਸੁੱਤੀ ਰਹਿੰਦੀ ਆ, ਜਦੋਂ ਬੱਚਾ ਰੋਵੇ ਮਾਂ ਉੱਠ ਕੇ ਉਹਨੂੰ ਦੁੱਧ ਦਿੰਦੀ, ਸੁੱਕੇ ਥਾਂ ਪਾਉਂਦੀ ਆ। ਉਸੇ ਤਰ੍ਹਾਂ ਹੀ ਇਹ ਤੇ ਬੋਲਦੇ ਵੀ ਨਹੀਂ ਰਹੇ ਲੋਕ ਸਭਾ ਦੇ ਵਿੱਚ ਜਾ ਕੇ, ਜੇ ਵਿਰੋਧੀ ਧਿਰ 'ਚ ਸਨ ਇਹ ਪੰਜਾਬ ਲਈ ਆਪਦੇ ਹਲਕੇ ਲਈ ਬੋਲਦੇ। ਭਰਾਵੋ ਬੋਲਾਂਗੇ ਤੇ ਤੁਹਾਡੇ ਹੱਕ ਹਕੂਕ ਲਿਆ ਕੇ ਤੁਹਾਨੂੰ ਦੇਵਾਂਗੇ। ਉਹ ਕਹਿੰਦੇ ਡਿੰਪਾ ਸਾਹਿਬ ਤਾਂ ਕਹਿੰਦੇ ਮੇਰੀ ਹਾਜ਼ਰੀ ਦੀ 100% ਹੈਗੀ। ਦੇਖੋ ਹਾਜ਼ਰੀ ਨੂੰ ਕੀ ਕਰਨਾ ਜੇ ਉੱਥੇ ਬੋਲੇ ਹੀ ਨਹੀਂ, ਉਹ ਮੁਹੰਮਦ ਸਦੀਕ ਵੀ 100 ਰਹਿੰਦਾ ਰਿਹਾ, ਇਹ ਡਿੰਪਾ ਵੀ ਕਿਤੇ ਸੁੱਤਾ ਰਿਹਾ, ਹਾਜ਼ਰੀ ਨੂੰ ਕੀ ਕਰਨਾ, ਬੈਂਚ ਤੇ ਜਾ ਕੇ 100 ਰਹਿੰਦਾ ਰਿਹਾ ਹੋਣਾ। ਹਾਂਜੀ।